ਇੱਥੇ ਰੱਖਣਾ ਨੀ ਸੱਸੇ ਵਾਲਿਆ ਆਉਂਦੀ ਆਇਆ ਸਿੱਧੀ ਕਰੇਗੀ ਪਰ ਮੁੰਡਿਆਂ ਨੇ ਕਹਿੰਦੇ ਕਦੇ ਸੋਚ ਤੋਂ ਪਰੇ ਵਾਲਾ ਕੰਮ ਕੀਤਾ ਹੈ ਵੱਡੇ ਖੇਡ ਮੇਲੇ ਦੇ ਕਹਿੰਦੇ ਮੁੰਡੇ ਜਾਣ ਕੈਮਰੇ ਦਾ ਭਰਾ ਜਿਹੜਾ ਸਟੇਜ ਤੇ ਆ ਰਿਹਾ ਜਾਣ ਕੈਮਰੇ ਵਾਲਾ ਵੀਰ ਕਰੋ ਬਾਈ ਸ਼ੇਰ ਇਹ ਚ ਵੀ ਐਂਡ ਲੱਗਣਾ ਮੈਚ 1100 ਦੀ ਕਿਹੜੇ ਵੱਲੋਂ ਸੀਗਾ ਨਿੱਕੂ ਮਾਨ ਬਾਈ ਦੇ ਵੱਲੋਂ 1100 ਸੀਗਾ ਵਾਰ ਵੱਲ ਜਾਣਾ ਉਹ ਵੀ ਆਪਣਾ 1100 ਲੈ ਜਾਵੇ ਮੁਕਾਬਲਾ ਸ਼ੁਰੂ ਕਰੋ ਜੀ ਜਲਦੀ ਨਾਲ ਬਾਈ ਦੀ ਅੰਪਾਇਰ ਅਫੀਸ਼ੀਅਲ ਹਾਂਜੀ ਉਹਨਾਂ ਦੇ ਪਾਸੇ ਉਹਨਾਂ ਦੇ ਭਰਾ ਸਾਡੇ ਰਾਜੂ ਸਾਹਿਬ ਜਿਹੜਾ ਨਾਲ ਆਰਮੀ ਸੂਬੇ ਦੇ ਭਰਾ ਜਿਹੜੇ ਆਏ ਕਹਿੰਦੇ ਵੀ ਖੁੱਲੀਆਂ ਵਰਗਾਂ ਦੀ ਵੱਡੀ ਪਾਰਟੀ ਆਪਣੇ ਬਣੀ ਹੋਵੇਗੀ
ਜਿਹੜਾ ਕਿਤੇ ਨਾਲ ਭਾਰਿਆ ਹੈ ਮੁੰਡੇ ਭਾਰੀ ਦੇ ਕੱਖ ਤੋਂ ਜਿੱਤਿਆ ਹੈ ਤੇ ਚੜ੍ਹਦਾ ਕਿਤੇ ਕਢਾਈਆਂ ਦੇ ਵੀ ਅੰਦੇ ਚਸ਼ਮਾ ਖੇਡ ਰਿਹਾ ਹੈ ਹੋਰ ਹੋਈ ਹੈ ਸੰਦੂਕ ਹੋਰ ਹੋਣਾ ਪੇਟੀ ਹੋਰ ਹੋਈ ਹੈ ਬੰਦ
ਹੁੰਦੀ ਹੈ, ਕਰਤੇ ਧੰਨੀ ਜਾਂਦੀ ਹੈ, ਸਾਡੇ ਮਾਦੇ ਵੀ ਹੁੰਦੇ, ਸਾਡੇ ਪੂਰੇ ਹੁੰਦੇ ਆ, ਸਾਡੇ ਪੰਜ ਹੁੰਦੇ ਆ, ਸਾਡੇ ਹੋਏ ਹੁੰਦੇ ਆ, ਸਾਡੀ ਚੱਲ ਵੀ ਹੁੰਦਾ, ਨੀਲ ਵੀ ਹੁੰਦਾ, ਜਲਵਾ ਵੀ ਹੁੰਦਾ, ਸਾਡੇ ਸਪਾਈਡਰਮੈਨ ਹੋ ਪਰ ਸਾਡੇ ਨਰੂਆ ਹੁੰਦਾ, ਸਾਡੇ ਸਪਾਈਡਰਮੈਨ ਹੋ ਸਾਡੇ ਨਰੂਆ ਹੁੰਦਾ ਪਰਮ ਸਿੱਧੂ ਦੀ ਆਦਰ ਸਨਮਾਨ ਲੈ ਲਈ ਜਾਂਦੀ ਹੈ।
ਅੰਪਾਇਰ ਸਾਹਿਬ ਬੋਲਿੰਗ ਚੰਗਾ ਬੋਲਿੰਗ ਦਿਓ ਜੀ ਫੈਸਲਾ ਹੈ ਦਿਓ ਜੀ ਡਿਸੀਜਨ ਦਿੱਲੀ ਲਾਉਣ ਦਾ ਮੁਕੱਦਮਾ ਧਾਰੀ ਥਾਣੇ ਦਾ ਫੈਸਲਾ ਸੋਚ ਕੇ ਕਰੀ ਕਰੋ ਜੀ ਫੈਸਲਾ ਜਲਦੀ ਨਾਲ ਦੋਵਾਂ ਜਿਹੜੀ ਚੈੱਕ ਕੀਤੀ ਜਾ ਰਹੀ ਹੈ ਥੋੜ੍ਹਾ ਜਿਹਾ ਡਾਊਟ ਹੋਇਆ ਅੰਪਾਇਰ ਨੂੰ ਹਾਂਜੀ ਹਾਂਜੀ ਸਹੀ ਬਾਣਾ ਜੀ ਓਕੇ ਜੀ ਓਕੇ ਜੀ ਸਹੀ ਬਾਣਾ ਹੈ ਤਾਂ ਪੌਂਦੀ ਮੁੰਡਾ ਕਰੇ ਸੰਗਤ ਦੀ ਧਰਤੀ ਦਾ ਕਰੇ ਫੇਰ ਤਿਆਰ ਬਰ ਤਿਆਰ ਹੈ ਸਟਰਾਈਕ ਤੇ ਮੁੰਡੇ ਸੂਰਤਗੜ ਮੰਡੀ ਦੇ ਹੈ ਪੰਜਾਬ ਤੇ ਰਾਜਸਥਾਨ ਦੀ ਟੱਕਰ ਹੀ ਜਾ ਰਹੀ ਹੈ ਇੱਕ ਦਿਲੀ ਤਮੰਨਾ ਸ਼ਾਇਰ ਦੀ ਕਿਤੇ ਬਾਰਡਰੋਂ ਪਾਰ ਵੀ ਜਾਏ ਉਹ ਧਰਤੀ ਦਾ ਫਨਕਾਰਾਂ ਦੀ ਜਿੱਥੇ ਜਾ ਕੇ ਸਰਤਾਲ ਨੇ ਸਿਰ ਝੁਕਾਏ ਹਰੇ ਪਟਨ ਦੀਆਂ ਲਾਗੂ ਨੇ ਜਦ ਲਾਂਘਾ ਖੁੱਲੂ ਦੇਖਾਂਗੇ ਹਜੇ ਟੱਪਿਆ ਨੀ ਕਪੂਰਥਲਾ ਜਦ ਆਊ ਤੁਹਾਨੂੰ ਵੇਖਾਂਗੇ ਹਰੇ ਕਲਾ ਅਕਾਲਾ ਉਣਾ ਹੈ ਜਦ ਘਰ ਕੇ ਤੁਹਾਨੂੰ ਵੇਖਾਂਗੇ ਹਰੇ ਪਿੰਡ ਪੂਰੇ ਵੇਖੇ ਨੀ ਆਪਾਂ ਕਦੋਂ ਪਹਾੜਾਂ ਨੂੰ ਵੇਖਾਂਗੇ ਹਜੇ ਟੱਪਿਆ ਨੀ ਕਪੂਰਥਲਾ ਜਦ ਆਊ ਤੁਹਾਨੂੰ ਵੇਖਾਂਗੇ ਚਾਰ ਸਕੂਲ ਦੇ ਕਦੇ ਬਾਹਵੇ ਮੁੰਡੇ ਨੇ ਆਪਣੀ ਟੀਮ ਨੇ ਦੇ ਕਦੇ ਘਰ ਤੇ ਆਏ ਜਿਹੜੇ ਕਿਹੜੇ ਫੇਰ ਚੁੱਕੇ ਆ ਤਾਂ ਕਿਹੜਾ ਖਿਡਾਰੀ ਜਿਹੜੇ ਆਵੇਗਾ ਕਿਹੜਾ ਜ਼ਿੰਮੇਵਾਰੀ ਜਿਹੜੀ
ਮੁਰਾਦ ਰਹੀ ਦੇ ਪਾਸੇ ਜਿਹੜਾ ਕਿਤੇ ਤਿਆਰ ਹੋ ਤਿਆਰ ਹੈ ਨਾਲ ਕਿੰਗਰੀ ਪੈ ਜਾ ਰਹੀ ਹੈ ਉਨਤਾਲੀ ਤਿੰਨ ਬੰਦੇ ਬਾਹਰ ਸ਼ਮੀਰ ਘਰ ਰਹਿਣਾ ਦਾ ਪਿਆ ਕਿਵੇਂ ਨੇ ਦੱਸੀ ਦੇ ਬਾਬੂ ਰਾਜੇ ਬੜੀ ਸੱਸ ਰਹਿਣਾ ਪੈਂਦੀਆਂ ਬਠਿੰਡੇ ਵਿਚ ਰੌਣਕ ਹੋ ਜਾਂਦੀ ਹੈ ਘੋਰ ਸ਼ਹਿਰ ਸੱਸੀ ਦੇ ਉਹ ਰਾਜੇ ਕਿਹੜੇ ਟੀਮ ਹੈ ਮੁੰਡੇ ਕਿਹੜੇ ਬਠਿੰਡੇ ਦੇ ਹੈ ਪੰਜਾਬ ਦੇ ਕਿਹੜੇ ਦੂਜੀ ਰਾਜਧਾਨੀ ਤੌਰ ਤੇ ਬਣੀਆਂ ਜਾਂਦੀ ਹੈ ਪੰਜਾਬ ਦਾ ਦਿਲ ਮੰਨਿਆ ਗਿਆ ਬਠਿੰਡਾ ਗੱਲ ਕੀਤੀ ਹੈ ਕਿ ਬੁੱਢ ਦੀ ਸਵਾਰੀ ਸਾਡੀ ਆਮ ਦੀ ਸਵਾਰੀ ਉੱਥੇ ਕਲਨਾ ਨਿਆਰਾ ਲੈ ਕੇ ਬਹਿ ਗਿਆ ਵੀ ਤੇਰੇ ਲੁਧਿਆਣੇ ਸ਼ਹਿਰ ਤੋਂ ਕਿਸੇ ਗੱਲੋਂ ਨਾ ਬਠਿੰਡਾ ਘੱਟ ਰਹਿ ਗਿਆ ਲਓ ਸਾਹਮਣੇ ਆ ਮੁੰਡੇ ਰਾਜਸਥਾਨ ਦੇ ਆ ਹਰ ਹਰਾ ਦੇ ਵਿੱਚ ਆਓ ਸਾਹਮਣੇ ਪਾਸੇ ਕਾਲ ਪੰਡਰੀ ਕਿਹੜੇ ਕਿਹੜੇ ਫੇਰ ਕਿਹੜੇ ਤਿਆਰ
ਲਾਹੌਰ ਦਾ ਬੈਠਾ ਇੱਕ ਕੈਨੇਡਾ ਪਿੰਡ ਮੰਨ ਗਿਆ ਭਾਰਵਾ ਤਾਂ ਦਿੱਲੀ ਤੇ ਲਾਹੌਰ ਦਾ ਮੇਲ ਹੁਣ ਕਿਸੇ ਗੱਲ ਨਾਲ ਹੀ ਹੋਣਾ ਹੈ। 483 ਕਿਲੋਮੀਟਰ ਦੀ ਦੂਰੀ ਹੈ ਦਿੱਲੀ ਤੋਂ ਲਾਹੌਰ, ਇਹਦੀ ਗੱਲ ਕਦੇ ਮਾਤਰਾ ਬਰਾੜ ਸਾਹਿਬ ਨੇ ਕੀਤੀ ਹੈ, ਜਿਹਨਾਂ ਨੇ ਕਦੇ ਕਿਹਾ ਸੀਗਾ ਵੀ ਟੈਲ ਵਾਲੇ ਹੱਟੀ ਪੱਟੀ ਜਾਈਏ ਨਾ, ਉੱਥੇ ਪੀੜੀ ਜਾਂਦੇ ਵਾਲਾ ਦੀ ਬੜੀ ਭੀੜ ਹੁੰਦੀ, 8 ਵਾਲੀ ਬੱਸ ਗੱਗਰ ਨਗਰ ਦੀ ਫੜੀਏ ਨਾ, ਸਾਰੀ ਗੱਡੀ ਹੀ ਭੁੱਗੀ ਨਾਲ ਭਰੀ ਹੁੰਦੀ, ਮੇਕਅਪ ਕਰਦੀਆਂ ਦੇਖੀਆਂ ਮੈਂ ਆਮ ਕੁੜੀਆਂ, ਗੱਡੀ ਜਦੋਂ ਲੋਕਾਂ ਦੇ ਖੜੀ ਹੁੰਦੀ ਦੇਖਣ ਨੂੰ ਬੰਦਾ ਹੁੰਦਾ ਸਿੱਧਾ ਜਾ, ਪਰ ਬੰਦੇ ਕੋਲੇ ਮਾਇਆ ਕਹਿੰਦੇ ਬੜੀ ਹੁੰਦੀ, 4 ਵਜੇ ਟੱਪੀਏ ਨਾ ਠੇਕੇ ਮੂੰਹ ਦੀ, ਉੱਥੇ ਮੁੱਠ ਵੀ ਨਗਰੀ ਖੜੀ ਹੁੰਦੀ, 8 ਵਾਲੀ ਬੱਸ ਜਨਾਨੀ ਲੈ ਕੇ ਚੜੀਏ ਨਾ, ਸਾਰੀ ਮੱਛੀ ਮੜੀ ਬੱਸ ਵਿੱਚ ਚੜੀ ਹੁੰਦੀ, ਫਿਰ ਜੱਟ ਨੂੰ ਜੱਟ ਦੀ ਭਾਰੀ ਲਾਉਣ ਦਿੰਦਾ, ਇਸੇ ਧਰਤੀ ਦੇ ਕਰਿਆ ਲੱਗੇਗੀ।
ਇਸ ਸਾਲ ਬਾਅਦ ਫਿਰ ਇਸੇ ਧਰਤੀ ਦੇ ਇਕੱਠੇ ਹੋਵਾਂਗੇ। ਇੱਕੀ ਲਾਗੇ ਭਰਾ ਵੀ ਅਸੀਂ ਏਰੀਆ ਦੇ ਵਿੱਚੋਂ ਤੇ ਕਿਹੜੇ ਪੈਰ ਫੇਰ ਸਕਦਾ ਹੋਇਆ ਪਰ ਹੋਰ ਪ੍ਰਸ਼ਾਦਾ ਤਿੰਨ ਵਜੇ ਤੱਕ ਚੱਲੇਗਾ। ਯਾਨੀ ਖੁਸ਼ੀ ਤੂੰ ਵੀ ਕਹਿ ਰਹੇ ਵੀ ਪ੍ਰਸ਼ਾਦਾ ਪਾਣੀ ਛੱਡ ਲੈਣ ਲੰਗਰ ਕਰੀਏ ਪਾਣੀ ਆ ਫਿਰ ਲੰਗਰ ਜਰੂਰ ਛੱਡ ਲੈ ਫਿਰ ਉਹ ਪਾਸੇ ਕਾਲ ਬੰਦ ਨੇ ਕਦੇ ਕਦੇ ਹਰਸ਼ ਕਹਿੰਦੇ ਪਿਆਰ ਦਾ ਪਿਆਰ ਹੈ ਫਿਰ ਦੇ ਗਰਾਂ ਦੇ ਵਿੱਚ ਮੁਕਾਬਲਾ ਕਿਹੜੇ ਆ ਰਹੇ ਦਰਜੇ ਦਾ ਜਿਹੜਾ ਕਦੇ ਖੇਡਿਆ ਜਾ ਰਿਹਾ ਹੈ ਕਾਲ ਬੰਦ ਦੇ ਮੁੰਡੇ ਦੇ ਪਾਸੇ ਹਰਸ਼ ਕਹਿੰਦੇ ਪਿਆਰ ਹੈ ਮੋਰਾਂ ਦੇ ਵਿਚਾਰੇ ਰੀਲ ਦੀ ਖੱਡੀ ਦੇ ਉੱਪਰ ਬਾਈ ਦੀ ਖੇਡ ਨੂੰ ਦੇ ਰਹੇ ਪਿੰਡੀ ਨਾਲ ਉਹ ਸਾਹਮਣੇ ਪੀਲਾਂ ਦੇ ਦਲੀਲਾਂ ਪੀਲਾਂ ਦੇ ਦਲੀਲਾਂ ਪੀਲਾਂ ਦੇ ਦਲੀਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹੈ ਬੈਰ ਕਰ ਦੇਣਗੇ ਅਪੀਲ ਕਰ ਸਕਦੇ ਬਹਿਸ ਨਹੀਂ ਕਰ ਸਕਦੇ ਤੁਸੀਂ ਬਾਕੀ ਜਿੰਨੀ ਆਵਾਜ਼ ਪੇਚਾਂ ਦੀ ਉਹਦੀ ਗੱਲ ਦੂਰੋਂ ਦੱਸ ਰਿਹਾ ਵੀ ਕੀ ਹੋਇਆ ਕਿਉਂਕਿ ਮੇਰ ਆ ਸੱਚੇ ਪਾਤਸ਼ਾਹ ਦੀ ਆਵਾਜ਼ ਦੇ ਵਿੱਚ ਡਾਵਾ ਮੁੰਡੇ ਦੇ ਰੀਪਲੇ ਵੀ ਮੰਗਿਆ ਜੀ ਇੱਧਰਾ ਜੀ ਇੱਧਰਾ ਇੱਧਰਾ ਠੀਕ ਹੈ ਠੀਕ ਹੈ ਚਲਾਓ ਜੀ ਚੈੱਕ ਕਰ ਦਿਓ ਜੀ ਬਾਕੀ ਆਪੋ ਆਪਣੀ ਥਾਂ ਤੇ ਖੜੇ ਹੋ ਜੀ ਅਪੀਲ ਤੁਹਾਡੀ ਮੰਨੀ ਗਈ ਹੈ ਤੁਹਾਡਾ ਫੈਸਲਾ ਕਰ ਦੇਣਗੇ ਪ੍ਰਬੰਧਕ ਹਾਂਜੀ ਹਾਂਜੀ ਗੱਡੀ ਦੀ ਚਾਬੀ ਇਧਰਲੇ ਪਾਸੇ ਵੀਰੇ ਦਲਜੀਤ ਬਾਈ ਕੋਲੇ ਕੋਈ ਆ ਕੇ ਜ਼ਰੂਰ ਆਪਣੀ ਨਿਸ਼ਾਨੀ ਦੱਸ ਕੇ ਲੈ ਜਾਵੇ ਦਲਜੀਤ ਜ਼ਰੂਰ ਨਿਸ਼ਾਨੀ ਪੁੱਛ ਕੇ ਨਹੀਂ ਕਿਸੇ ਨੂੰ ਕਿਸੇ ਨੂੰ ਗੱਡੀ ਜਾ ਕੇ ਚਾਬੀ ਲਾਣੇ ਹਾਂ ਮੁਕਾਬਲੇ ਦੀ ਕਦੇ ਸ਼ੁਰੂਆਤ ਉਧਰਲੇ ਪਾਸੇ ਕਿਸ ਬਣਾ ਦੇ ਉੱਤਰ ਹੋਣੀ ਹੈ ਥੋੜਾ ਜਿਹਾ ਫੈਸਲਾ ਜਿਹੜਾ ਕਦੇ ਕੀਤਾ ਜਾ ਰਿਹਾ ਹੈ ਨਾਟ ਆਉਦਾ ਜੀ ਨਾਟ ਆਊਟ ਨਾ ਉਹ ਸਾਹਮਣੇ ਤੁਹਾਡੇ ਪਾਸੇ ਕਹਿੰਦੇ ਮੁੰਡੇ ਨੇ ਬਾਹਰ ਕਰੀ ਕਹਿੰਦੇ ਭਾਰਤ ਤੇਲ ਸਿੰਘ ਤੋਂ ਡਬਲ ਇਹਨੇ ਮੁੰਡੇ ਭੱਜੇ ਆਏ ਤੇ ਫਿਰ ਮਰ ਗਏ ਹਾਂਗਾ ਜਿਹੜਾ ਕਿਹੜੇ ਖੇਡ ਦੇ ਮੈਦਾਨ ਵਿੱਚ ਹੋਇਆ ਸਤਵੰਤ ਬੇਟਾ ਵਿੱਚ ਸੇਰੀਆਂ ਦੇ ਉਹ ਕਹਿੰਦੇ ਵੀ ਵੱਡਾ ਦੇਵਾ ਜਿਹੜਾ ਸਿੰਘ ਖੇਡੇ ਵਿੱਚ ਜਿਹੜਾ ਕਿਹੜੇ ਖੇਡਿਆ ਜਾਵੇਗਾ ਹੋ ਸਕਦਾ ਕਿ ਟ੍ਰੈਕਟਰ ਸੀ ਜਿੱਤੀ ਜਾਵੇ ਨਾ ਉਹ ਸਾਹਮਣੇ ਜਿਹੜਾ ਕਦੇ ਪਿਆਰ ਪਿਆਰ ਖੇਡ ਦੇ ਮੈਦਾਨ ਦੇ ਅੰਦਰ ਪੈਗੀ ਬਾਲ ਦੂਜਾ ਭਾਈ ਦਾ ਵੀ ਪਤਾ ਲੱਗਣਾ ਦੂਜਾ ਭੱਜਿਆ ਮੁੰਡਾ ਦੇ ਦੋ ਸਕੂਲ ਜਿਹੜੇ ਕਦੇ ਜੋਰ ਲੈਂਦੇ ਕਦੇ ਆਪਣੀ ਟੀਮ ਲਈ ਖੇਡ ਦੇ ਮੈਦਾਨ ਦੇ ਅੰਦਰ ਕਿੰਗਰਾ ਗਰੁੱਪ ਦੇ ਭਰਾ ਕਦੇ ਕਦੇ ਆਏ ਨੇ ਬਹੁਤ ਬੜਾ ਕਦੇ ਧਾਰੋ ਦਾ ਸਾਡੇ ਸਰਕਾਰ ਦੇ ਵਿੱਚ ਇਹਨਾਂ ਆਏ ਵਿਸ਼ੇਸ਼ ਤੌਰ ਤੇ ਕਦੇ ਬੋਲਦੇ ਕਿੰਗਰਾ ਗਰੁੱਪ ਦੇ ਜਿਹੜੇ ਵੀ ਕਦੇ ਕਦੇ ਆਏ ਨੇ ਵੀਰ ਮੋਸਟ ਵੈਲਕਮ ਸਾਡੇ ਭਰਾਵਾਂ ਦਾ ਜਿਹੜਾ ਇਸ ਸਮੇਂ ਚੋਂ ਸਮਾਂ ਚੜੇ ਸਕੇਡ ਮਹੀਨੇ ਦੇ ਲਈ ਬਹੁਤ ਸਤਿਕਾਰ ਵੀਰ ਕਦੇ ਕਦੇ ਪੁੱਜੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਮੋਸਟ ਵੈਲਕਮ ਸਾਰੇ ਭਰਾਵਾਂ ਦਾ ਸਕੋਰ ਬੋਲਦੀਏ ਜੀ 56 ਬਣੇ ਆ 58 ਹਰ ਇੱਕ ਮੇਲੇ ਤੇ ਕੋਈ ਨਾ ਹੈ
ਸਾਰੇ ਇਹਦੇ ਘਰ ਦੀਆਂ ਮੁਸ਼ਕਲਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣੂ ਹੈ। ਫਿਰ ਜੋ ਨਵੇਂ ਗਰਾਊਂਡ ਨਾਲ ਲਾਈਵ ਨਾਲ ਜੁੜਿਆ ਹੈ ਉਹਨਾਂ ਨੂੰ ਸਾਡੀ ਜ਼ਰੂਰ ਅਸੀਂ ਗੁਜ਼ਾਰਿਸ਼ ਉਹਨਾਂ ਨੂੰ ਜਾਣੂ ਕਰਾਵਾਂਗੇ। ਇਹਨਾਂ ਚ ਉਹਨਾਂ ਪਿੰਡਾਂ ਮਲੋੜ ਦੇ ਇਲਾਕੇ ਦੇ ਵਿੱਚ ਹੁਣ ਤਾਂ ਕਈ ਪਲੇਅਰ ਆ ਜਿਹੜੇ ਇਹਦੇ ਨਾਲ ਵੀ ਜਾਂਦੇ ਆ, ਇਹਦੇ ਘਰ ਦੇ ਘਰ ਵੀ ਇਹਦੇ ਘਰੋਂ ਵੀ ਇਹਨੂੰ ਨਾਲ ਲੈ ਕੇ ਫਰੀਦਕੋਟ ਮੈਡੀਕਲ ਦੇ ਵਿੱਚ ਪੁੱਜਦੇ ਆਏ। ਇਹਦੀ ਛੋਟੀ ਜਿਹੀ ਬੱਚੀ ਨੂੰ ਬੜੇ ਸਮੇਂ ਤੋਂ ਮੈਨੂੰ ਬਿਮਾਰੀ ਦਾ ਨਾਮ ਵੀ ਪਤਾ, ਵੈਸੇ ਉਹ ਬਲੱਡ ਕੈਂਸਰ ਦੇ ਰੂਪ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ। ਇਹਨੂੰ ਉਹ ਬਲੱਡ ਕੈਂਸਰ ਦੀ ਬੱਚੀ ਨੂੰ ਜਿਹੜਾ ਬਲੱਡ ਡੋਨੇਟ ਕੀਤਾ ਜਾਂਦਾ ਵੀ ਕਹਿਣ ਦਾ ਮਤਲਬ ਜੋ ਬਲੱਡ ਆਪਾਂ ਉਹਨੇ ਲਵਾਉਣੇ ਆ ਉਹ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਵੀ ਉਹ ਖਤਮ ਹੋ ਜਾਂਦਾ, ਪਾਣੀ ਬਣ ਜਾਂਦਾ। ਏਦਾਂ ਦਾ ਇੱਕ ਬਿਮਾਰੀ ਹੈ ਜੋ ਤੁਸੀਂ ਸਰਚ ਵੀ ਕਰ ਸਕਦੇ ਹੋ। ਫਰੀਦਕੋਟ ਮੈਡੀਕਲ ਦੇ ਵਿੱਚ ਇਲਾਜ ਜਿਹੜਾ ਚੱਲਦਾ ਕਾਫੀ ਟਾਈਮ ਦੇ ਥਰੂ ਬੜੇ ਪਲੇਅਰ ਨੇ ਸਾਡੇ ਜਿਹੜਾ ਟਾਸਕੋ ਦਾ ਗਰੁੱਪ ਬਣਿਆ ਹੋਇਆ ਜਾਂਦਾ ਦੇ ਨਾਲ ਮੁਸ਼ਕਲਾਂ ਬਹੁਤ ਨੇ ਪਰ ਫਿਰ ਵੀ ਲੱਗਿਆ ਹੋਇਆ ਭਰਾ ਸਾਡਾ ਵੀ ਜਿੰਨਾ ਟਾਈਮ ਹੈ ਵੀ ਉਹ ਬੱਚੀ ਦੀ ਜਾਨ ਬਚ ਸਕੇ ਜਾਂ ਜਿੰਨੀ ਦੁਨੀਆ ਉਹ ਇਹਨਾਂ ਜਿਹੜੀ ਕਰਤੱਵਾਂ ਕਰਕੇ ਲੋਕਾਂ ਦੇ ਸਹਿਯੋਗ ਕਰਕੇ ਦੇਖ ਸਕੇ ਉਹ ਬਹੁਤ ਹੈ। ਇੱਕ ਵਾਰੀ ਤਾੜੀਆਂ ਕਰਨ ਦੇ ਇਸ ਇਨਸਾਨ ਦੀ ਸੋਚ ਦੇ ਨਾਲ ਹੀ ਜ਼ੋਰ ਨਾਲ ਮਾਰਦੇ ਹੋ ਜਿੰਨੇ ਸਾਡੇ ਭਰਾ ਤੁਸੀਂ ਬੈਠੇ ਦਾ ਝੋਟ ਪੈਂਦਾ ਮੋੜ ਦੇ ਇਲਾਕੇ ਦੇ ਵਿੱਚ ਛੋਟੀ ਜਿਹੀ ਬੱਚੀ ਨੂੰ ਬਚਾਉਣ ਲਈ ਬੜੇ ਲੰਮੇ ਸਮੇਂ ਤੋਂ ਜਦੋਂ ਜਦ ਚੱਲ ਰਹੀ ਹੈ। ਬੜੀ ਆਸ ਬੜੀ ਉਮੀਦ ਹੈ ਕਿ ਤੁਸੀਂ ਨਗਰੀ ਦੇ ਵਿੱਚ ਆਇਆ ਹੈ, ਜਿੰਨਾ ਵੀ ਹੋ ਸਕੇ 10-20-100 ਮਨ ਜ਼ਰੂਰ ਕਰੇ ਕਿਉਂਕਿ ਜੇ ਢਿੱਡ ਨਾ ਹੋਵੇ ਤੇ ਕੋਈ ਨਾ ਰੋਵੇ, ਉਂਗਲਾਂ ਤੇ ਨਾ ਚਾਹੁੰਦੀ ਇਸ ਗਰੀਬੀ ਤੇ ਮਜ਼ਬੂਰੀ। ਇਹ ਝੋਲ ਪੈਂਦਾ ਕਾਟਾ ਤੁਹਾਡੇ ਸਾਹਮਣੇ ਕਰਤੱਵ ਕਰੇਗਾ ਆਪਣੀ ਬੱਚੀ ਦੇ ਲਈ, ਜ਼ਰੂਰ 10-20-100 ਜਿੰਨਾ ਵੀ ਹੋ ਸਕੇ ਮਾਨ ਸਨਮਾਨ ਜ਼ਰੂਰ ਕਰਿਆ ਜੇ। ਕਿਸੇ ਕੋਲ ਨੀ ਕੋਠਾ ਸੌਣ ਜੋਗਾ, ਕੋਈ ਪਸ਼ੂ ਨਹੀਂ ਜਾਂਦਾ ਹੈ, ਕੋਈ ਸਾਈਕਲ ਨੀ ਲਵੇ ਵਿਆਹ ਉੱਤੇ ਵੀ ਕਾਲਾ ਕੀਤਾ ਨੀ ਕੋਈ ਬਿਠਾਈ ਫਿਰਦਾ ਹੈ, ਕਿਸੇ ਨੂੰ ਪਤਾ ਨੀ ਮੇਰੇ ਕੋਲ ਦੌਲਤਾਂ ਕਿੰਨੀਆਂ ਨੀ, ਕੋਈ ਦਿਹਾੜੀ ਕਰਕੇ ਵੀ ਟਾਈਮ ਟਪਾਈ ਫਿਰਦਾ ਹੈ, ਕੋਈ ਰੰਗ ਬਰੰਗੀਆਂ ਪਾਵੇ ਪੁਸ਼ਾਕਾ ਕੋਈ ਨੰਗਾ ਰਹਿ ਕੇ ਟਾਈਮ ਟਪਾਈ ਫਿਰਦਾ ਹੈ, ਕੋਈ ਕੂੜੇ ਦੇ ਢੇਰ ਵਿੱਚੋਂ ਲੱਭੇ ਰੋਟੀ ਨੂੰ ਬੱਚਿਆਂ ਨੂੰ ਪੀਲੇ ਵਾਟਰ ਖਵਾਈ ਫਿਰਦਾ ਹੈ, ਰਾਣਾ ਬਾਹਰੋਂ ਝੰਡੀਆਂ ਲੱਭਣਾ ਉਸਰਾ ਬਣੋ ਜਿਹੜਾ ਸਾਰੀ ਉਹ ਖੇਡ ਰਚਾਈ ਫਿਰਦਾ ਹੈ, ਕਿਸੇ ਦੀ ਮੱਛਰ ਮਾਰਦੇ ਦੀ ਸਾਰੀ ਰਾਤ ਲੱਗੇ ਤੇ ਕੋਈ ਚੂਚਿਆਂ ਨੂੰ ਜਨਰੇਟਰ ਲਾਈ ਫਿਰਦਾ ਹੈ, ਉਹ ਡਾਢੇ ਦੇ ਰੰਗ ਆ ਜਿੱਥੇ ਉਹ ਰੱਖੀ ਉੱਥੇ ਰਹਿਣਾ ਪੈਂਦਾ ਹੈ, ਤੇ ਜ਼ਰੂਰ 10-20-100 ਜਿੰਨਾ ਵੀ ਹੋ ਸਕੇ ਮਾਨ ਸਨਮਾਨ ਝੋੜਾ ਲਈ ਟਾਕੇ ਦਾ ਜ਼ਰੂਰ ਟਾਇਆ ਨੇ। ਇੱਕ ਬੰਦਾ ਉੱਪਰ ਬੈਠਾ ਕੇ ਡੰਡ ਮਾਰੇਗਾ ਵੀਰ ਸਾਹਿਬ ਨਾਲ ਮੁਕਾਬਲੇ ਦੀ ਸ਼ੁਰੂਆਤ ਉਧਰਲੇ ਪਾਸੇ। ਸਾਡੇ ਬਹੁਤ ਸਤਿਕਾਰਯੋਗ ਗੋਲਡਨ ਗੁਲਾਮ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਨੇ, ਜਿਹਨਾਂ ਦੇ ਨਾਮ ਦੇ ਉੱਤੇ ਟੂਰਨਾਮੈਂਟ ਦੀ ਜਿਹੜੀ ਡੇਟ ਰੱਖੀ ਜਾਂਦੀ ਹੈ ਇਸ ਸਾਲ, ਜਿਹਨਾਂ ਦਾ ਸਾਰਾ ਪਰਿਵਾਰ ਸਟੇਜ ਤੇ ਬਰਾਜਮਾਨ ਹੈ, ਉਹਨਾਂ ਦੇ ਸਾਰੇ ਪਰਿਵਾਰ ਦੇ ਵੱਲੋਂ 2500 ਦਾ ਮਾਨ ਝੋਲਾ ਦੇ ਟਾਕੇ ਨੇ ਪੀੜਾ ਆਇਆ ਹੈ। ਇੱਕ ਹੀ ਤਾਰੀ ਉਹਨਾਂ ਦੇ ਪਰਿਵਾਰ ਨੇ ਮਜ਼ਬੂਰ ਮਾਰੀਆਂ ਲੈ ਗਏ, ਇਹਨਾਂ ਪਰਿਵਾਰ ਨੂੰ ਚੜ੍ਹਦੀ ਕਦ ਰੱਖੇ ਤੰਦਰੁਸਤੀਆਂ ਲੱਗੇ, ਜਿਹਨਾਂ ਨੇ ਆਪਣੇ ਦਸਾਂ ਨੂੰ ਦੀ ਕਿਰਪਾ ਕਮਾਈ ਦੇ ਵਿੱਚੋਂ ਬਹੁਤ ਸਾਰਾ ਮਾਣ ਨਵੀਂ ਝੋਲਾ ਦਾ ਤੇਰੇ ਲਈ ਪੂਜਾ ਕੀਤਾ ਹੈ। ਧੰਨਵਾਦ ਆ ਸਾਰੇ ਪਰਿਵਾਰ ਦਾ, ਵਾਹਿਗੁਰੂ ਚੜ੍ਹਦੀ ਕਦ ਰੱਖੇ ਤੰਦਰੁਸਤੀਆਂ ਲੱਗੇ, ਜਿਹਨਾਂ ਨੇ ਵੱਡਾ ਮਾਰ ਕੇ ਨਵੀਂ ਝੋਲਾ ਦੇ ਪਰੋਂ ਦੇ ਕਰੀਬ ਦਸ ਘਰ ਇੱਕ ਕਈ ਜਹਾਜ਼ ਦੀ ਲਾਲਾ ਮੈਚ ਤਕੜਾ ਹੈ, ਤੇ ਆਹ 2500 ਦਾ ਮਾਣ ਬਿਲਕੁਲ ਸਾਰਾ ਦੇ ਧੰਨਵਾਦ ਸਟੇਜ ਤੇ ਆ ਕੇ ਜ਼ਰੂਰ ਗੋਲਡਨ ਗੁਲਾਮ ਸਿੰਘ ਜੀ ਉਹਦੇ ਪਰਿਵਾਰ ਦਾ ਜ਼ਰੂਰ ਕਰਦੇ ਵੀ ਜਿਹਨਾਂ ਨੇ ਵੱਡਾ ਮਾਣ ਜਿਹੜਾ ਕਦੇ ਕੀਤਾ ਹੈ। ਬਹੁਤ ਵੱਡਾ ਧੰਨਵਾਦ ਵਾਲੀ ਗੱਲ ਸੱਚੀ ਸੱਚੀਆਂ ਦੀ ਦੱਬ ਕੇ ਵਾਹੀਏ, ਰੱਜ ਕੇ ਖਾਈਏ, ਥੋੜਾ ਖਾਧੀ ਖਰੀਦ ਲਈਏ, ਥੋੜਾ ਦਾਲ ਫੁੱਲ ਤੇ ਲਾਈਏ। 1000 ਰੁਪਏ ਉਤਾਰ ਮਾਸਟਰ ਜੀ ਸਰਪੰਚ ਸਾਹਿਬ ਸਾਡੇ ਮਲਕਪੁਰਾ ਉਹਨਾਂ ਵੱਲੋਂ ਕਦੇ ਪੂਜਾ ਕੀਤਾ ਜਾ ਰਿਹਾ, ਬਹੁਤ ਵੱਡਾ ਕਦੇ ਧੰਨਵਾਦ ਆਏ ਸਾਰੀ ਸਰਕਾਰ ਨੂੰ ਵਿਦਿਆ ਵੀ ਜਾ ਕੇ ਜ਼ਰੂਰ ਧੰਨਵਾਦ ਕਰਦੇ। ਤੁਸੀਂ ਮੈਂ ਪਏ ਕਰ ਰਹੇ ਆਹ ਮੁੰਡਾ ਕਿਹੜੇ ਖੇਡੂ ਖੇਡਾਂ ਦੇ ਵਿੱਚ ਫੇਰ ਮੈਦਾਨ ਦੇ ਵਿੱਚ ਮੁੰਡਾ ਖੇਡ
ਮਸ਼ਹੂਰ ਇਲਾਕਾ ਹੈ, ਸਾਡੇ ਧਰਤੀ ਜਿਹੜੇ ਸਰਸੇ ਵੀ ਹੈ, ਜਿਹੜਾ
ਫੇਰ ਮਨਾਲ ਬੰਦੇ ਕਦੇ ਪੈ ਰਹੀ ਹੈ। ਮੇਰਾ ਕੋਟੀ ਦਾ ਖੇਡਿਆ ਜਾ ਰਿਹਾ ਵੀ ਮੇਰਾ ਬੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫੱਟੀ ਹੋਇਆ ਵੀਰ ਛੱਡ ਕੇ ਤੂੰ ਸਹੇਲੀਆਂ ਦਾ ਇੱਕ ਦਿਨ ਆਪਾਂ ਵੀ ਸਾਰੇ ਤੁਰਿਆ ਦਾ ਮੈਂ
18-45 ਪਾਸੇ ਰਮਨ ਭਰਾ ਸਾਡਾ ਵੀਰ ਦੌਲਤ ਪਰ ਖੇੜੇ ਵਾਲਾ ਭਰਾ ਸਾਡਾ
ਉਹਦੇ ਨਾਲ ਹੀ ਸੰਗਤ ਦਾ ਕੋਈ ਪਲੇਅਰ ਤੇਰੇ ਛੱਕੇ ਲਗਾਤਾਰ ਮਾਰਦਾ ਹੈ ਤੇ 1100 ਕਹਿੰਦੇ ਵੀ ਆਪਣੇ ਆਪਣੇ ਕਿਤੇ ਦਿੱਤਾ ਜਾਣਾ ਹੈ। ਰਮਨ ਬਰਾੜ ਸਾਹਿਬ ਵੱਲੋਂ ਵੱਡੇ ਮਾਣ ਜਿਹੜੇ ਕਿਤੇ ਪੀਲੇ ਜਾ ਰਹੇ ਹੈ, ਆਹ ਮੁੰਡਾ ਗਿੱਦੜਵਾ ਮੰਡੀ ਦਾ ਜਿਹਨੇ ਕਿਤੇ ਕਸੂਰ ਦਾ ਕਿਤੇ ਬੰਦ ਆਪਣੀ ਆਪਣੀ ਕਿਤੇ ਕਰ ਦਿੱਤਾ ਹੈ। ਆਹ ਚੋਰੀ ਦੇ ਮੈਦਾ ਸਾਰੇ ਦਾ ਸਾਰਾ ਲਓ ਸਾਹਮਣੇ ਤੇ ਸੂਰਤਗੜ ਮੰਡੀ ਵਾਲੇ ਚਾਈ ਆਉਂਦੇ ਲਾਲਾ ਲਾਲਾ ਐਂਟ ਕਿਤੇ ਚੋਟੀ ਦਾ ਜਿਹੜਾ ਕਿਤੇ ਬਣਿਆ ਹੋਇਆ ਵੀ ਹੌਸਲਾ ਜਿੱਤ ਕੇ ਮੈਦਾਨ ਸੋਹਣਿਆ ਆਖੇ ਗੋਲਿਆਂ ਦੇ ਪਿੰਡ ਦਾ ਨਾਲ ਸੋਹਣਿਆ ਲੱਖਾਂ ਦੇ ਗੋਲਾਂ ਵਿੱਚ ਖੜਾ ਦਿਸਣਾ ਵੱਖਰੀ ਪਛਾਣ ਖਾਲਸੇ ਦਲੇਰ ਦੀ ਜੰਗਲਾਂ ਦੇ ਪੈਂਦੇ ਆ ਕਾਨੂੰਨ ਸਿੱਖਣੇ ਭੁੱਖੇ ਸ਼ੇਰ ਦੀ ਜੰਗਲਾਂ ਦੇ ਪੈਂਦੇ ਆ ਕਾਨੂੰਨ ਸਿੱਖਣੇ ਨੱਪੀ ਰੀਣੀ ਪੈਰ ਕਦੇ ਭੁੱਖੇ ਸ਼ੇਰ ਦੀ ਆ ਕਦੇ ਬਾਬਾ ਗੁਰਮੇਲ ਸਿੰਘ ਦਾ ਤੇ ਘਰੋਂ ਮੇਰੇ ਵੀਰ ਇਹ ਕਦੇ ਸ਼ੇਰ ਸਿੰਘ ਇੱਕ ਦਿਨ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਦੋਵੇਂ ਪਾਸੇ ਗਰਾਉਂਡਾ ਲੱਗਾ ਹੁੰਦਾ ਨਾਲਾ ਨਾਲਾ ਪ੍ਰੈਸ਼ਰ ਮਹਿਸੂਸ ਕਰ ਰਹੇ ਹੈ। ਬੋਡੀ ਲੈਂਗੁਏਜ ਸਾਫ ਦੱਸ ਰਹੀ ਹੈ ਵੀ ਬਹੁਤ ਤਕੜੀਆਂ ਪੈ ਰਹੀਆਂ, ਕੋਈ ਹੱਲ ਕੋਈ ਤੋੜ ਹਲੇ ਤੀਕਰ ਲੱਭਿਆ ਨੀ ਗਾ ਮੁੰਡਿਆਂ ਨੂੰ, ਚੋਟੀ ਦੀਆਂ ਬੰਦਾ ਪਾਈਆਂ ਜਾ ਰਹੀਆਂ ਹੈ। ਬਾਲਕੌਮੀ ਮੁੰਡਾ ਸੂਰਤਗੜ ਦਾ ਤਿਆਰ ਹੈ, 50,000 ਵੀ ਅਲੱਗ ਤੋਂ ਦਿੱਤਾ ਜਾਣਾ ਹੈ, ਉਹ ਵੀ ਲੱਗਿਆ ਹੋਇਆ ਸੱਗਿਆਂ ਦੇ ਉੱਪਰ। ਲਓ ਸਾਹਮਣੇ ਪੈਗੀ ਬਾਲ ਉਧਰ ਦੇ ਪਾਸੇ ਪਿਆਰ ਦੇ ਮੁੰਡੇ ਦੀਆਂ ਟੋਲਾਂ ਬਣੀਆਂ ਲੱਗੀਆਂ, ਤਾੜੀ ਦਾ ਮਾਰ ਦਿਓ। ਬਹੁਤ ਦੂਰੋਂ ਆਇਆ ਤੁਹਾਡੇ ਨੱਗਾਂ ਦੇ ਵਿੱਚ, ਬਹੁਤ ਦੂਰੀ ਤੈਅ ਕੀਤੀ ਮੁੰਡਿਆਂ ਨੇ। 3/21 3/21 12/38 ਭਾਈ ਥੋੜਾ ਜਿਹਾ ਜਲਦੀ ਜੀ, ਜਲਦੀ ਜਲਦੀ ਘੁੰਮਜੋ ਵੀਰਵਾਰ ਦਾ ਸਮੂਹ ਲਗਾ ਲਿਓ, ਕਰੋ ਵੀ ਸੋਹਣਿਆ ਵੀਰਾ ਹੈ। 12/12/38 ਜਾਈ ਰਿਹਾ ਉਧਰਲੇ ਪਾਸੇ ਸਨਮਾਨ ਕੀਤੇ ਜਾਣੇ ਸਾਡੇ ਸਰਕਾਰ ਨੂੰ ਕਿਹਾ ਦਿਓ ਆਜਾ ਜੱਗਾ ਮਾਸਟਰ ਜੀ, ਗੁਰਮੇਲ ਸਿੰਘ ਜੀ, ਜੱਸਾ ਮਾਤਾ ਜੀ, ਗੁਰਪ੍ਰੀਤ ਸਰਪੈਚ ਕੋਕਰ, ਬਾਬੂ ਰਾਮ ਸਰਪੈਚ ਜੀ ਨੂੰਹੀਆਂ ਦਾ, ਸੁਖਦੀਪ ਸਾਡਾ ਵੀਰ, ਇਹ ਸਾਡੇ ਸਰਕਾਰ ਲੋਕ ਨੇ ਉਹ ਆਜਾ ਜਿਹਨਾਂ ਨੇ ਨਾਮ ਅਨਾਊਂਸ ਕੀਤੇ ਅਸੀਂ ਮਾਈਕ ਦੇ ਉੱਪਰ, ਉਹ ਆ ਕੇ ਆਪਣੇ ਸਨਮਾਨ ਜਿਹੜੇ ਕਿਤੇ ਜ਼ਰੂਰ ਪ੍ਰਾਪਤ ਕਰ ਲੈਣ। ਮੈਂ ਬੇਨਤੀ ਕਰਦਾ ਜੀ ਜੱਗਾ ਮਾਸਟਰ ਜੀ, ਗੁਰਮੇਲ ਸਿੰਘ ਜੀ, ਜੱਸਾ ਮਾਤਾ ਜੀ, ਗੁਰਪ੍ਰੀਤ ਸਰਪੈਚ ਕੋਕਰ, ਬਾਬੂ ਰਾਮ ਸਰਪੈਚ ਨੂੰਹੀਆਂ ਦਾ, ਸੁਖਦੀਪ ਜੀ ਸਾਡੇ ਉਹ ਸ਼ੇਰ ਤੌਰ ਦੇ ਦੂਜੇ ਨਾਲ ਬਹੁਤ ਬੜਾ ਧੰਨਵਾਦ ਹੈ। ਮੈਚ ਲੱਗ ਰਹੀ 12/12/38 ਜਾਈ ਰਿਹਾ ਹੈ, 12/12/38 ਜਾਈ ਰਿਹਾ ਹੈ, 12/12/38 ਜਾਈ ਰਿਹਾ ਹੈ। 22 ਨੂੰ ਅੱਜ ਹੋਰ ਦਾ ਫੈਸਲਾ ਹੈ, 25 ਨੂੰ ਬੇਗੜੇ ਫੈਸਲੇ ਆਏ, 28 ਨੂੰ ਕਿਹੜੇ ਪੱਟੋ ਦੇ ਵਿੱਚ ਫੈਸਲੇ ਆਏ, ਵੱਡੇ ਵੱਡੇ ਮੇਲੇ ਦੀ ਕਿਹੜੇ ਗੱਲ ਆਏ। ਲਓ ਸਾਹਮਣੇ 31 ਨੂੰ ਕਿਹੜੇ ਅਕਲੀ ਹੈ, 3 ਨੂੰ ਕਿਹੜੇ ਚਕੇਰੀਆਂ ਹੈ, 4 ਨੂੰ ਮਾਹੁਣਾ, 5 ਨੂੰ ਕਿਹੜੇ ਡਬਲੀ, 6 ਨੂੰ ਕਿਹੜੇ ਡੋਲ। ਲਓ ਸਾਹਮਣੇ ਵਾਲੇ ਪਾਸੇ ਹਾਂਜੀ ਗੁਰਮੇਲ ਸਿੰਘ ਜੀ ਸਾਡੇ, ਉਹ ਵੀ ਆ ਜਾਣ, ਉਹ ਵੀ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲੈ। ਗੁਰਮੇਲ ਸਿੰਘ ਜੀ ਸਾਡੇ ਨੂੰ ਮੇਰੀ ਬੇਨਤੀ ਹੈ ਉਹ ਆਪਣਾ ਸਨਮਾਨ ਜਿਹੜਾ ਜ਼ਰੂਰ ਜਿਹੜਾ ਕਿਤੇ ਪ੍ਰਾਪਤ ਕਰ ਲੈਣ। ਗਿੱਦੜ ਦਾ ਮੰਡੀ ਵਾਲਾ ਮੁੰਡਾ ਕਿਤੇ ਗੁਰਦਾਸਪੁਰ ਦੀ ਨਗਰੀ ਦਾ, ਜਿਹੜਾ ਕਿਤੇ ਪਿਆਰ ਪਿਆਰ ਕਿਤੇ ਖੇਡ ਦੇ ਮੈਦਾਨ ਦੇ ਅੰਦਰ ਬਾਲ ਪਾਲੀ ਕਦੇ ਵਿੱਚ ਪਾਸੇ ਕਦੋਂ ਪਿਆਰ ਪਿਆਰ ਹੈ, ਮੈਚ ਬੜਾ ਚੋਟੀ ਦਾ ਹੈ। ਲਓ ਸਾਹਮਣੇ ਬੱਲੇ 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 ਬੱਲੇ, ਹੁਣ ਰੇਸ ਦੇ ਪੈਰ ਧਰਨਾ ਪੈਣਾ ਹੈ, ਹੁਣ ਰੇਸ ਦੇ ਪੈਰ ਧਰਨਾ ਪੈਣਾ। ਛੱਪੀ ਰਹਿ ਗਈ ਲਓ ਸਾਹਮਣੇ, ਛੱਪੀ ਰਹਿ ਗਈ ਦੋਵੇਂ ਪਾਸੇ ਨਵੀਆਂ ਲੱਗੇ, ਜਿਹੜਾ ਕਿ ਪਿਆਰ ਕਿਧਰੇ ਮੰਡੀ ਵਾਲਾ ਜਿਹੜਾ ਸਾਹਮਣੇ ਆਏ ਵੀ ਜੀ ਗਲਤੀ ਦਾ ਮੈਚ ਜਿਹੜਾ ਗਲਤੀ ਨੂੰ ਰੱਖੀ ਆਪਾਂ, ਇਹ ਬੇਨਤੀ ਹੈ ਸਾਡੀ ਛੱਪੀ ਮੰਡੀ ਦੇ ਵੀ ਤੇਰਾ ਰੂਣਾ ਛੱਪੀ ਹੈ ਤੇ ਛੱਪੀ ਨਹੀਂ ਸਾਡੀ ਜਿੱਥੇ ਲੱਗੀ ਹੈ ਤੂੰ ਲੱਗੀ ਸਾਹਮਣੇ ਲੋਕਾਂ ਦੁਆਰੇ
ਸਕੀਏ ਤੋਂ ਸਕੀ ਰਹਿਣ ਦੇ ਔਰ 26 ਸਕੋਰ ਇੱਕ ਦੇ ਬਾਕੀ ਨੇ ਕਿਸੇ ਵੀ ਤਰ੍ਹਾਂ ਦੀ ਤਾਕਤ ਅਕਸਰ ਰੱਬੀ ਹੁੰਦੀ ਹੈ ਅਕਲ ਆਉਣ ਦੀ ਉਮਰ ਆਖਰੀ ਉਹ 26 ਹੁੰਦੀ ਹੈ ਤੇ 26 ਬਾਕੀ ਨੇ ਪਰ ਪਾਲੀ ਕਰੇ ਗੱਲ ਪਿਆਰ ਹੈ ਕਈ ਵਾਰ ਮੁੰਡਾ ਕਿੱਦਾਂ ਵਹਾਰਾ ਮੁੰਡਾ ਕਿੱਦਾਂ ਵਹਾਰਾ ਚਾਹੀਦਾ ਹੈ ਔਰ ਸਾਰੇ ਇੱਕ ਸਕੋਰ ਦਾ ਕਦੇ ਵਾਧਾ ਹੈ ਬੱਲੇ ਬੱਲੇ ਕਰਵਾਤੀ ਪਈ ਸ਼ੇਰਾ ਕਰਾਊਡ ਦੇਖੋ ਜੀ ਚਾਰ ਬਾਲਾਂ ਤੇ ਸੱਤ ਸਕੋਰ ਚਾਹੀਦੇ ਆ ਆਹ
ਜਿੱਤ ਗਈ ਟੀਮ ਕਹਿੰਦੇ ਸੰਗਤ ਦੀ ਸੂਰਤ ਹੋ ਗਈ ਬਾਹਰ ਲਓ ਸਾਹਮਣੇ ਸੰਗਤ ਖੁਰਦ ਜਿੱਤ ਗਈ ਬਾਈ ਮੈਂ ਕਿਤੇ ਜਲਜੀਤ ਆ ਗਿਆ ਉਹਦੇ ਪਾਸੇ ਸੁਰਿੰਦਰ ਸਿੰਘ ਜੀ ਸਰਦਾਰ ਸਿੰਘ ਜੀ ਬੈਠਾ ਜਸ਼ਨ 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 ਆ ਗਿਆ